ਤੋ ਸਵਾਗਤ ਹੈ ਜੀ ਧਰਮਸ਼ਾਲਾ ਦੇ ਦੂਸਰੇ ਵੀਡੀਓ ਦਾ। ਧਰਮਸ਼ਾਲਾ ਤੋਂ ਸਿਰਫ 2 ਕਿਲੋਮੀਟਰ ਦੂਰ ਧਰਮਕੋਟ, ਜਿਹਨੂੰ ਛੋਟਾ ਇਜ਼ਰਾਈਲ ਵੀ ਕਿਹਾ ਜਾਂਦਾ। ਅਤੇ ਇਹ ਵੀ ਲੋਕ ਕਹਿੰਦੇ ਨੇ ਕਿ ਜ਼ਿਆਦਾਤਰ ਲੋਕ ਜਿਹੜੇ ਇੱਥੇ ਇਜ਼ਰਾਈਲ ਤੋਂ ਆ ਕੇ ਜਿਹੜੇ ਆਪਣੇ ਸਮਾਂ ਬਿਤਾਉਂਦੇ ਨੇ। ਮੈਂ ਵੀ ਅੱਜ ਪਹਿਲੀ ਵਾਰੀ ਆਇਆ ਅਤੇ ਤੁਹਾਨੂੰ ਵੀ ਦਿਖਾਉਂਦੇ ਹਾਂ ਅੱਜ ਛੋਟਾ ਇਜ਼ਰਾਈਲ ਧਰਮਕੋਟ ਧਰਮਸ਼ਾਲਾ। ਪਾਰਕਿੰਗ 1 ਕਿਲੋਮੀਟਰ ਪਿੱਛੇ ਹੈ, ਇਸ ਤੋਂ ਬਾਅਦ ਸਭ ਪੈਦਲ ਹੀ ਹੋਣਾ ਜੀ ਜਾਂ ਲੋਕਲ ਗੱਡੀਆਂ ਆਉਂਦੀਆਂ। ਹੁਣੇ ਆਮਲੇਟ ਪਰੌਂਠੇ ਦੀ ਗੱਲ ਹੋ ਰਹੀ ਸੀ, ਹੁਣੇ ਫਲਾਫਲ ਵੀ ਆ ਗਿਆ, ਕਿਉਂਕਿ ਜਿੱਦਾਂ ਦੇ ਲੋਕਾਂ ਨੇ ਇੱਥੇ ਰਹਿਣਾ ਖਾਣੇ ਪੀਣੇ ਵੀ ਉੱਦਾਂ ਦੇ ਹੀ ਰੱਖਣੇ ਪੈਂਦੇ ਨੇ। ਜੀ ਉੱਪਰ ਦੇਖੋ ਸਾਰੀ ਇਜ਼ਰਾਈਲੀ ਲਿਖੀ ਹੈ। ਇਹ ਵੀ ਭਾਈ ਸਾਹਿਬ, ਭਾਈ ਸਾਹਿਬ ਤੁਸੀਂ ਇਜ਼ਰਾਈਲ ਤੋਂ? ਹਾਂ, ਸ਼ਕਲ ਤਾਂ ਤੇਰੀ ਇੱਥੇ ਕਿ ਇਜ਼ਰਾਈਲੀ ਵਾਲੀ ਹੋ ਗਈ? ਹਲੇ ਨਹੀਂ ਹੋਈ, ਹੋਏਗੀ। ਪਿੰਡ ਤਾਂ ਹਿਮਾਚਲ ਦਾ ਪਰ ਲੋਕ ਜਿਹੜੇ ਨੇ ਇਹ ਗੋਰੇ ਗੋਰੇ ਘਰੋਂ ਵਿਹਲੇ ਹੀ ਲੱਗਦੇ ਨਾ, ਜਾਂ ਇਹਨਾਂ ਦੀ ਸਰਕਾਰ ਕੋਲ ਪੈਸੇ ਇਹਨਾਂ ਨੂੰ ਜ਼ਿਆਦਾ ਹੀ ਦੇ ਦਿੰਦੀ ਹੈ ਵੀ ਇੱਥੇ ਆ ਕੇ। ਕਿਉਂ ਜੀ? ਮੈਂ ਕਿਹਾ ਗੋਰੇ ਵਿਹਲੇ ਹੀ ਲੱਗਦੇ, ਆਪਣਾ ਦੇਸ਼ ਛੱਡ ਕੇ ਇੰਨੇ ਦਿਨ ਇੱਥੇ ਰਹਿ ਜਾਂਦੇ। ਸਹੀ ਗੱਲ ਹੈ, ਸਾਡੇ ਵਰਗੇ ਬੰਦੇ ਤਾਂ 1-2 ਦਿਨ ਪੰਜਾਬ 'ਚੋਂ ਨਿਕਲ ਕੇ ਆ ਜਾਂਦੇ, ਪਿੱਛੇ ਦੌੜਾਂ ਲੱਗ ਜਾਂਦੀਆਂ। ਕਿ ਇਹ ਨਹੀਂ ਹੋਇਆ।
ਹੈ ਤਾਂ ਛੋਟਾ ਜਿਹਾ ਪਿੰਡ ਹੈ, ਦੂਰੋਂ ਲੱਗਦਾ, ਪਰ ਅੰਦਰ ਅੰਦਰ ਜਾ ਕੇ ਅਤੇ ਕਾਫੀ ਡੀਪ ਹੈ, ਕਾਫੀ ਦੂਰ ਤੱਕ ਜਿਹੜੇ ਮਾਰਕੀਟ ਹੈ। ਇਹਦਾ ਮਤਲਬ ਹੈ ਕਿ ਲੋਕ ਜਿਹੜੇ ਨੇ ਉਹ ਕਾਫੀ ਵੱਡੀ ਗਿਣਤੀ 'ਚ ਇੱਥੇ ਆਉਂਦੇ ਨੇ, ਤਾਂ ਹੀ ਨਹੀਂ ਮਾਰਕੀਟ ਜਿਹੜੀ ਐਗਜਿਸਟ ਕਰਦੀ ਆ, ਨਹੀਂ ਤਾਂ ਵਿਦਆਊਟ ਕਸਟਮਰ ਮਾਰਕੀਟ ਦਾ, ਦੁਕਾਨਾਂ ਦਾ ਸਰਵਾਈਵ ਕਰਨਾ ਹੀ ਮੁਸ਼ਕਲ ਹੈ। ਇਹਦਾ ਬਚਾ ਕੇ ਵੀ ਫਿਰ ਇਸ ਕਾਲਾ ਕੰਮ ਹੈ। ਐਕਸਕਿਊਜ਼ ਮੀ, ਯੈਸ ਯੈਸ, ਹੈ ਪੀ ਸਾਰਾ ਕੰਮ, ਐਪਲ ਪਾਈ, ਬਰੌਨੀ, ਫੂਡ ਵੀ, ਰੈਲੀ ਵੀ ਸਾਰਾ। ਦੇਖ ਲਓ 2 ਕਿਲੋਮੀਟਰ 'ਚ ਪਰੌਂਠੇ, ਆਮਲੇਟ ਉੱਡ ਗਏ, ਕੀ ਜਿਹੜੀਆਂ ਚੀਜ਼ਾਂ ਆ ਗਈਆਂ, ਬੰਦਿਆਂ ਦੀਆਂ ਸ਼ਕਲਾਂ ਵੀ ਬਦਲ ਗਈਆਂ ਅਤੇ ਖਾਣੇ ਵੀ ਬਦਲ ਗਏ ਨੇ। ਚਲੋ ਜੀ ਅੱਗੇ, ਜੋ ਇੱਥੇ ਤੱਕ ਹੈ ਉਹੀ ਅੱਗੇ ਆ। ਉਹ ਸੁਨਾਮ ਬਸ ਸਾਧੂ ਬੈਠਾ। ਇੱਕ ਚੀਜ਼ ਹੋਰ ਹੈ ਦੇਖਣ ਵਾਲੀ ਕਿ ਜਗ੍ਹਾ ਜਗ੍ਹਾ ਯੋਗਾ ਸੈਂਟਰ ਬਣੇ ਨੇ ਔਰ ਗੋਰੇ ਲੋਕ ਆ ਕੇ ਇੰਡੀਆ 'ਚ ਯੋਗਾ ਕਰ ਰਹੇ ਨੇ ਅਤੇ ਸਾਡੇ ਇੰਡੀਅਨ ਜਿਹੜੇ ਉਹ ਜਿੰਮਾਂ 'ਚ ਪੈਸੇ ਖਰਾਬ ਕਰ ਰਹੇ ਨੇ। ਉਲਟ ਹੋ ਗਿਆ ਨਾ ਕਲਚਰ, ਇਹਦਾ ਮਤਲਬ ਕਿ ਉਹ ਵੀ ਜਿਹੜੇ ਇੰਡੀਅਨ ਕਲਚਰ ਨੂੰ ਜਿਹੜਾ ਜਿਹੜੀਆਂ ਟ੍ਰੈਡੀਸ਼ਨਸ ਹੈਗੀਆਂ ਨੇ ਪੁਰਾਣੀਆਂ ਬਣੀਆਂ ਉਹਨਾਂ ਨੂੰ ਪਸੰਦ ਕਰਦੇ ਨੇ ਜਾਂ ਉਹਨਾਂ ਨੂੰ ਠੀਕ ਸਮਝਦੇ ਨੇ। ਇਹਨੂੰ ਤੁਸੀਂ ਮਿੰਨੀ ਇਜ਼ਰਾਈਲ ਕਹਿ ਲਓ ਜਾਂ ਅਪਰ ਬਾਥੂ ਕਹਿ ਲਓ, ਕੁਛ ਵੀ ਹੈ। ਹਾਂ ਹੈ, ਵੈਸੇ ਇੱਕ ਹਿਮਾਚਲ ਦਾ ਪਿੰਡ ਹੀ ਹੈ, ਲੋਕਾਂ ਦੇ ਪਿੱਛੇ ਘਰ ਵੀ ਨੇ ਪਰ ਮੋਸਟਲੀ ਜਿਹੜੇ ਲੋਕਾਂ ਨੇ ਘਰ ਜਿਹੜੇ ਨੇ ਉਹ ਹੋਟਲ ਦੇ ਵਿੱਚ, ਗੈਸਟ ਹਾਊਸ ਦੇ ਵਿੱਚ, ਫੂਡ ਸਟੋਰ ਦੇ ਵਿੱਚ ਕਨਵਰਟ ਕਰ ਦਿੱਤੇ ਨੇ। ਔਰ ਅੱਜ ਕੱਲ੍ਹ ਤਾਂ ਮੌਸਮ ਥੋੜ੍ਹਾ ਜਿਹਾ ਮੈਨੂੰ ਲੱਗਦਾ ਵੀ ਸੋ ਸੋ ਹੀ ਹੈ, ਜਦੋਂ ਮੌਸਮ ਠੰਡਾ ਹੁੰਦਾ ਹੋਏਗਾ ਅਤੇ ਇੱਥੇ ਦਾ ਮਾਹੌਲ ਕੁਛ ਹੋਰ ਹੀ ਹੁੰਦਾ ਹੈਗਾ, ਕਿਉਂਕਿ ਅੱਜ ਕਾਫੀ ਸਾਲਾਂ ਬਾਅਦ ਮੈਂ ਦੇਖਿਆ ਕਿ ਅੱਜ ਦੂਸਰਾ ਸਾਡਾ ਦਿਨ ਹੈ ਅਤੇ ਬਾਰਿਸ਼ ਨਹੀਂ ਪਈ, ਨਹੀਂ ਤਾਂ ਜਦੋਂ ਵੀ ਮੈਂ ਇੱਥੇ ਆਉਂਦਾ ਤਾਂ ਬਾਰਿਸ਼ ਜਿਹੜੀ ਹਮੇਸ਼ਾ ਹੀ ਰਹਿੰਦੀ ਹੈ। ਇੱਕ ਮੈਂ ਕੋਸ਼ਿਸ਼ ਹੋਰ ਕਰਦਾ ਵੀ ਕਿਸੇ ਨਾਲ ਗੱਲਬਾਤ ਕਰਕੇ ਦੇਖਦੇ ਹਾਂ, ਕਿਉਂਕਿ ਲਿਖੀ ਤਾਂ ਇਜ਼ਰਾਈਲੀ ਲੈਂਗੁਏਜ ਪੁੱਛ ਲੈਂਦੇ ਹਾਂ ਕਿ ਹੈ ਲੋਕ ਇਜ਼ਰਾਈਲ ਤੋਂ ਨੇ ਜਾਂ ਹੋਰ ਵੀ ਕੰਟਰੀਜ਼ ਦੇ ਜਿਹੜੇ ਲੋਕ ਨੇ ਉਹ ਇੱਥੇ ਆ ਰਹੇ ਨੇ। ਅਸੀਂ ਆਏ ਸੀ ਧਰਮਕੋਟ ਅਤੇ ਪ੍ਰਧਾਨ ਸਾਡੇ ਨੇ ਦੇਖਿਆ ਵੀ ਇੱਥੇ ਆ ਸਮਾਨ ਵੇਚਣ ਦੇ ਕਾਰੋਬਾਰ 'ਚ ਚੰਗਾ ਮੁਨਾਫਾ ਹੈ, ਉਹਨੇ ਪਾਰਟਨਰਸ਼ਿਪ ਕਰ ਲਈ ਇਹਦੇ ਨਾਲ, ਹੁਣ ਜੋ ਬਚੇਗਾ ਦੋ ਅੱਜ। ਭਾਈ ਹੈ ਅਭੀ ਆਪਣਾ ਕਾਰੋਬਾਰ ਸਾਂਭ ਲਈ ਵੀ ਹੁਣ ਪੂਰਾ ਲੱਗਦਾ ਹੈ। ਅਰੇ ਟੇਢਾ ਟੇਢਾ, ਹਾਂ ਇਹ ਮੇਰਾ ਭਾਈ ਹੈ।
ਅਬ ਮੈਂ ਅੰਗਰੇਜ਼ੋ ਕੇ ਸਾਥ ਰਹੂੰਗਾ। ਹਾਂ ਬੀਬੀ ਆਪਣਾ ਕਾਰੋਬਾਰ ਹੁਣ ਦੇਖ ਲਈ, ਹੁਣ ਇਹ ਸੰਨਿਆਸੀ ਸੰਨਿਆਸੀ ਅੱਜ ਸ਼ੁਰੂ ਕਰਤਾ ਮੈਨੂੰ ਕਰਮ ਕਰਦਿਆਂ ਨੇ, ਅਭੀ ਨਾਲ ਹੀ ਹੈ ਕੋਈ ਨੀ। Excuse me. Ah, ben am kilo. ਇੱਕ ਚੀਜ਼ ਹੋਰ ਹੈ, ਇਨਸਾਨ ਜਿਹੜਾ ਨਾ ਉਹ ਹਰ ਜਗ੍ਹਾ ਹਰ ਚੀਜ਼ ਦੇ ਵਿੱਚੋਂ ਆਪਣਾ ਕਾਰੋਬਾਰ ਲੱਭ ਲੈਂਦਾ। ਜਿੱਦਾਂ ਤੁਹਾਨੂੰ ਦੱਸਿਆ ਤਾਂ ਇੱਥੇ ਕਿ ਇੱਥੇ ਸਾਰੇ ਤਕਰੀਬਨ ਫੋਰਨਰਸ ਨੇ, ਅਤੇ ਜਿਹੜੇ ਇੱਥੇ ਦੇ ਰਹਿਣ ਵਾਲੇ ਨੇ ਉਹਨਾਂ ਨੇ ਖਾਣਾ ਪੀਣਾ ਅਤੇ ਈਵਨ ਕਿ ਲਾਂਡਰੀ ਸਰਵਿਸ ਤੱਕ ਵੀ ਹਰ ਜਗ੍ਹਾ ਮੋੜ ਮੋੜ 'ਤੇ ਲਿਖਿਆ, ਪੇਡ ਵਾਸ਼ਰੂਮ ਬਣਾਏ ਹੋਏ ਨੇ। ਮਤਲਬ ਹਰ ਚੀਜ਼ ਦੇ ਵਿੱਚ ਇਨਸਾਨ ਆਪਣਾ ਕਾਰੋਬਾਰ ਕਿਤੇ ਨਾ ਕਿਤੇ ਜਿਹੜਾ ਉਹ ਲੱਭ ਹੀ ਲੈਂਦਾ। ਜਿਸ ਤਰੀਕੇ ਨਾਲ ਇੱਥੇ ਡਿਵੈਲਪਮੈਂਟ ਹੁਣ ਹੋ ਰਹੀ ਹੈ, ਕੈਫੇਜ਼ ਬਣ ਰਹੇ ਨੇ, ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਲੋਕ ਧਰਮਸ਼ਾਲਾ ਜਾਂ ਮੈਕਲੋਡਗੰਜ ਜਾਂਦੇ ਨੇ, ਰੁਝਾਨ ਜਿਹੜਾ ਇੱਧਰ ਨੂੰ ਵੀ ਵਧੇਗਾ। ਐਕਚੁਅਲੀ ਥੋੜ੍ਹਾ ਏਰੀਆ ਨਾ ਮਹਿੰਗਾ ਹੈ, ਉਹਦੇ ਕਰਕੇ ਥੋੜ੍ਹੇ ਜਿਹੜੇ ਅਸੀਂ ਪੰਜਾਬੀ ਕਹਿ ਲਈਏ ਨੌਰਥ ਈਸਟ, ਸੋਰੀ, ਇਸ ਕਰਕੇ ਸ਼ਾਇਦ ਪੰਜਾਬੀ ਲੋਕ ਇੱਧਰ ਘੱਟ ਆਉਂਦੇ ਨੇ। ਜ਼ਿਆਦਾਤਰ ਜਿਹੜੇ ਲੋਕ ਨੇ ਉਹ ਜਾਂ ਗੁਜਰਾਤੀ ਨੇ ਅਤੇ ਜਾਂ ਇਜ਼ਰਾਈਲੀ। ਉਹ ਸੋਚਣ ਵਾਲੀ ਗੱਲ ਹੈ ਕਿ ਐਡੀ ਵੱਡੀ ਮਾਰਕੀਟ, ਇੰਨੀ ਵਧੀਆ ਮਾਰਕੀਟ, ਅਤੇ ਇੰਨਾ ਕੀ ਕਹਿ ਸਕਦੇ ਅਸੀਂ ਵੀ ਇੰਨੀ ਵੱਧ ਗਿਣਤੀ ਦੇ ਵਿੱਚ ਫੋਰਨਰ। ਮੈਂ ਇੰਨਾ ਘੁੰਮਿਆ ਇੰਡੀਆ ਦੇ, ਇੰਨੇ ਹਿੱਲ ਸਟੇਸ਼ਨ ਵੀ ਘੁੰਮਿਆ, ਬੰਬੇ ਗੋਆ ਤੱਕ ਮੈਂ ਗਿਆ, ਪਰ ਮੈਨੂੰ ਇੰਨੇ ਫੋਰਨਰ ਕਿਤੇ ਨਹੀਂ ਦਿਖੇ ਜਿੰਨੇ ਇਸ ਜਗ੍ਹਾ 'ਤੇ ਛੋਟੇ ਜਿਹੇ ਇੱਕ ਪਿੰਡ ਦੇ ਵਿੱਚ। ਵਾਪਸੀ ਜਾਂਦੇ ਇੱਕ ਵਾਰੀ ਸਾਰਾ ਵਿਊ ਮਿੰਨੀ ਇਜ਼ਰਾਈਲ ਦਾ ਲੈ ਲਈਏ, ਇੱਥੋਂ ਸ਼ੁਰੂ ਹੋ ਕੇ ਇਹ ਸਾਰਾ ਮਿੰਨੀ ਇਜ਼ਰਾਈਲ ਹੈ ਪਿੱਛੇ ਤੱਕ, ਔਰ ਲਾਸਟ ਉੱਪਰ ਵੀ ਮੈਂ ਦੇਖਿਆ ਉਹ ਦੋ ਚਾਰ ਘਰ ਲਾਸਟ ਟੌਪ 'ਤੇ ਵੀ ਨੇ, ਪਰ ਉਹਦਾ ਰਸਤਾ ਸ਼ਾਇਦ ਇੱਧਰੋਂ ਨਹੀਂ ਹੈ, ਉਹ ਪਿਛਲੀ ਸਾਈਡ ਤੋਂ ਕਿਤੇ ਆਉਂਦਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਕਿੱਦਾਂ ਇਹ ਲੋਕ ਜਿਉਂਦੇ ਨੇ ਨਾ, ਕੀ ਲਾਈਫ ਸਟਾਈਲ ਇਹਨਾਂ ਦਾ ਹੋਏਗਾ। ਉਹ ਉੱਪਰ ਇਸ ਤੋਂ ਜ਼ਿਆਦਾ ਸ਼ਾਇਦ ਜ਼ੂਮ ਵੀ ਨਹੀਂ ਹੋਣਾ। ਓਕੇ ਮਿੰਨੀ ਇਜ਼ਰਾਈਲ, ਗੁੱਡ ਬਾਏ, ਮਿਲਾਂਗੇ ਫਿਰ।
ਤੇ ਬਹੁਤ ਵਧੀਆ ਐਕਸਪੀਰੀਅੰਸ ਸੀ। ਤੇ ਇੱਕ ਲਾਸਟ ਐਕਸਪੀਰੀਅੰਸ ਜਿਹੜਾ ਥੋੜਾ ਜ਼ੋਰ ਲਾਣ ਵਾਲਾ ਉਹ ਇਹ ਚੜ੍ਹਾਈ ਹੈ, ਕਿਉਂਕਿ 500 ਮੀਟਰ ਜਿਹੜਾ ਉਹ ਖੜ੍ਹੀ ਚੜ੍ਹਾਈ ਹੈ। ਗੱਡੀ ਆ ਜਾਂਦੀ ਆ ਪਰ ਬਾਹਰਲੀ ਗੱਡੀ ਦੀ ਐਂਟਰੀ ਇੱਥੇ ਬੰਦ ਹੈ, ਜਿਨ੍ਹਾਂ ਦੀ ਹੋਟਲ ਬੁਕਿੰਗ ਆ ਸਿਰਫ ਉਹੀ ਆ ਕੇ ਪਾਰਕ ਕਰ ਸਕਦੇ ਆ। ਅਤੇ ਗੱਡੀ 500 ਮੀਟਰ ਮੈਂ ਪਿੱਛੇ ਪਾਰਕ ਕੀਤੀ ਹੋਈ ਆ, ਹੁਣ ਚੜ੍ਹਾਈ ਚੜ੍ਹਨੀ ਆ। ਤੁਹਾਨੂੰ ਆਵਾਜ਼ ਤੋਂ ਪਤਾ ਲੱਗਦਾ ਹੋਣਾ ਕਿ ਜ਼ੋਰ ਲੱਗ ਰਿਹਾ। ਇੱਕ ਹੋਰ ਖਾਸੀਅਤ ਹੈ, ਜਿਹੜੇ ਲੋਕ ਬੱਸ ਵਗੈਰਾ ਅਤੇ ਧਰਮਸ਼ਾਲਾ ਆਉਂਦੇ ਨੇ ਉਹਨਾਂ ਲਈ ਧਰਮਸ਼ਾਲਾ ਮਕਲੋਡਗੰਜ ਚੌਂਕ ਤੋਂ ਜਿਹੜਾ ਉਹ ਆਟੋ ਉੱਪਰ ਤੱਕ ਚੱਲਦੇ ਨੇ, ਆਸਾਨੀ ਨਾਲ ਜਿਹੜਾ ਆਇਆ ਜਾ ਸਕਦਾ। ਅਤੇ ਰੂਮ ਵੀ 1500-2000 ਦੇ ਵਿੱਚ ਜਿਹੜਾ ਆਸਾਨੀ ਨਾਲ ਮਿਲ ਜਾਂਦਾ। ਔਰ ਬਹੁਤ ਸਾਰੇ ਨੇ, ਇਹ ਨਹੀਂ ਹੈ ਕਿ ਤੁਹਾਨੂੰ ਰੂਮ ਨਹੀਂ ਕੋਈ ਦੇਗਾ, ਨੋਰਮਲ ਜੋ ਰੂਲ ਹੈਗੇ ਆ ਤੁਸੀਂ ਆਈ ਡੀ ਦੇ ਕੇ ਅਤੇ ਆਸਾਨੀ ਨਾਲ 2000 ਦੀ ਰੇਂਜ ਦੇ ਵਿੱਚ ਰੂਮ ਸਾਫ਼ ਸੁਥਰਾ ਜਿਹਾ ਲੈ ਸਕਦੇ ਹੋ ਦੋ ਲੋਕਾਂ ਲਈ। ਤੋ ਵਧੀਆ ਲੱਗਾ ਅੱਜ ਮਿੰਨੀ ਇਜ਼ਰਾਈਲ ਘੁੰਮ ਕੇ। ਵਧੀਆ ਲੱਗਦਾ ਜਦੋਂ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਵੀ ਸਾਡੇ ਲੋਕ ਜਿਹੜੇ ਨੇ ਉਹ ਬਾਹਰਲੇ ਦੇਸ਼ਾਂ 'ਚ ਜਾਂਦੇ ਨੇ ਘੁੰਮਣ ਫਿਰਨ ਲਈ, ਲੇਕਿਨ ਸਾਡੇ ਦੇਸ਼ ਦੇ ਵਿੱਚ ਵੀ ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਨੇ ਔਰ ਪੂਰੀ ਦੁਨੀਆ ਤੋਂ ਲੋਕ ਜਿਹੜੇ ਨੇ ਉਹ ਭਾਰਤ ਦੇ ਵਿੱਚ ਆਉਂਦੇ ਨੇ। ਤੋ ਅੱਛਾ ਲੱਗਾ ਅੱਜ ਦੇਖ ਕੇ, ਵਧੀਆ ਕਲਚਰ ਹੈਗਾ ਅਤੇ ਬੜੇ ਵਧੀਆ ਤਰੀਕੇ ਨਾਲ ਹਿਮਾਚਲ ਟੂਰਿਜ਼ਮ ਇਹਨੂੰ ਡੀਲ ਕਰ ਰਿਹਾ। ਤੋ ਮੈਂ ਵੀ ਰਿਕਮੈਂਡ ਜ਼ਰੂਰ ਕਰਾਂਗਾ ਕਿ ਜਦੋਂ ਵੀ ਤੁਸੀਂ ਧਰਮਸ਼ਾਲਾ ਮੈਕਲੋਡਗੰਜ ਜਾਓ ਅਤੇ ਇੱਕ ਗੇੜਾ ਜ਼ਰੂਰ ਧਰਮਕੋਟ ਦਾ ਦਿਓ। ਵੈਸੇ ਤਾਂ ਇੱਥੇ ਆ ਕੇ 1-2 ਦਿਨ ਜਿਹੜਾ ਰਹਿਣਾ ਉਹ ਅੱਛੀ ਗੱਲ ਹੈ, ਪਰ ਅਸੀਂ ਸੇਮ ਡੇ ਆਏ ਹਾਂ, ਅਸੀਂ ਮੋਰਨਿੰਗ ਆਏ ਸੀ ਅਤੇ ਹੁਣ ਜਿਹੜਾ ਅਸੀਂ ਵਾਪਸ ਨਿਕਲ ਜਾਣਾ। ਸੋਚਿਆ ਵੀ ਅਗਲੀ ਵਾਰ ਜਦੋਂ ਆਏ ਤਾਂ ਇੱਕ ਰਾਤ ਜ਼ਰੂਰ ਇੱਥੇ ਬਿਤਾਵਾਂਗੇ, ਇੱਥੇ ਦੇ ਮੌਸਮ ਦਾ ਜਿਹੜਾ ਉਹ ਨਜ਼ਾਰਾ ਲਵਾਂਗੇ, ਕਿਉਂਕਿ 2-4-5 ਡਿਗਰੀ ਜਿਹੜਾ ਟੈਂਪਰੇਚਰ ਦਾ ਵੀ ਫਰਕ ਹੈ, ਥੋੜ੍ਹਾ ਹਾਈਟ ਨੀਚੇ ਮੈਕਲੋਡਗੰਜ ਨਾਲੋਂ ਜ਼ਿਆਦਾ ਹੈ। ਤੋ ਠੀਕ ਹੈ ਜੀ ਦੋਸਤੋ, ਉਮੀਦ ਕਰਦੇ ਤੁਹਾਨੂੰ ਮਿੰਨੀ ਇਜ਼ਰਾਈਲ ਜਿਹੜਾ ਪਸੰਦ ਆਇਆ ਹੋਏਗਾ। ਜੁੜੇ ਰਹੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ।